ਸਤਿ ਸ੍ਰੀ ਅਕਾਲ ਪਿਆਰੀ ਵਿਦਿਆਰਥੀਓ ਅੱਜ ਆਪਾਂ ਰਸ਼ੀਨ ਰੈਵਿਊਸ਼ਨ 1917 ਦੇ ਐਮਸੀਕਿਊਜ਼ ਨੇ ਰੂਸ ਦੀ ਕ੍ਰਾਂਤੀ 1917 ਇਸ ਟੌਪਿਕ ਦੇ ਵਿੱਚੋਂ ਤੁਹਾਡੇ ਲਈ ਜਿਹੜੇ ਬਹੁਤ ਮਹੱਤਵਪੂਰਨ ਕੁਐਸਚਨ ਹੈਗੇ ਬਸਤੂਨਿਸ਼ਟ ਪ੍ਰਸ਼ਨ ਹੈਗੇ ਉਹ ਤਿਆਰ ਕੀਤੇ ਹੈਗੇ ਜਿਹੜੇ ਕਿ ਤੁਹਾਡੇ ਤਿਆਰੀ ਦੇ ਵਿੱਚ ਤੁਹਾਡੇ ਪੇਪਰ ਦੇ ਲਈ ਤੁਹਾਡੀ ਮਦਦ ਕਰਨਗੇ ਆਓ ਆਪਾਂ ਸ਼ੁਰੂ ਕਰੀਏ ਤਾਂ ਪਹਿਲਾ ਪ੍ਰਸ਼ਨ ਹੈ ਰੂਸ ਦੇ ਰੂਸ ਵਿੱਚ ਖੇਤੀ ਦਾਸ ਪ੍ਰਥਾ ਦਾ ਅੰਤ ਕਦੋਂ ਹੋ ਗਿਆ ਸੀ ਹਾਂਜੀ ਰੂਸ ਦੇ ਵਿੱਚ ਖੇਤੀ ਦਾਸ ਪ੍ਰਥਾ ਦਾ ਅੰਤ ਕਦੋਂ ਹੋ ਗਿਆ ਸੀ ਤਾਂ ਕਦੋਂ ਹੋ ਗਿਆ ਸੀ ਵੀ 1861 ਦੇ ਵਿੱਚ ਪ੍ਰਸ਼ਨ ਨੰਬਰ 2 ਯਾਰ ਟਿਜ਼ਾਰ ਸਿਜ਼ਾਰ ਸ਼ਬਦ ਦਾ ਕੀ ਅਰਥ ਹੈ ਹਾਂਜੀ ਇਹਦਾ ਕੀ ਅਰਥ ਹੈ ਰਾਜਾ ਰਾਣੀ ਸ਼ਾਸਨ ਜਾਂ ਸਰਬਉੱਚ ਸ਼ਾਸਨ ਜਿਹੜਾ ਯਾਰ ਸ਼ਬਦ ਹੈ ਇਸ ਦਾ ਮਤਲਬ ਹੁੰਦਾ ਹੈਗਾ ਸਰਬਉੱਚ ਸ਼ਾਸਨ ਰੂਸ ਦੇ ਵਿੱਚ ਯਾਰ ਸ਼ਾਹੀ ਸੀ ਨਾ ਪ੍ਰਸ਼ਨ ਨੰਬਰ 3 ਰੂਸ ਵਿੱਚ ਯਾਰ ਸ਼ਾਹੀ ਦੀ ਸ਼ੁਰੂਆਤ ਕਦੋਂ ਹੋਈ ਹਾਂਜੀ ਕਦੋਂ ਹੋਈ ਸੀ ਯਾਰ ਸ਼ਾਹੀ ਦੀ ਸ਼ੁਰੂਆਤ 1547 ਦੇ ਵਿੱਚ 1547 ਦੇ ਵਿੱਚ ਪ੍ਰਸ਼ਨ ਨੰਬਰ 4 1905 ਵਿੱਚ ਰੂਸ ਜਾਪਾਨ ਦੇ ਯੁੱਧ ਵਿੱਚ ਕਿਸ ਦੀ ਹਾਰ ਹੋਈ ਤਾਂ 1905 ਦੇ ਵਿੱਚ ਰੂਸ ਅਤੇ ਜਾਪਾਨ ਦੇ ਵਿੱਚ ਘਾਰ ਯੁੱਧ ਹੋਇਆ ਉਸ ਯੁੱਧ ਦੇ ਵਿੱਚ ਕਿਸ ਦੀ ਹਾਰ ਹੋਈ ਸੀ ਰੂਸ ਦੀ ਠੀਕ ਹੈ ਬੇਸ਼ੱਕ ਰੂਸ ਇੱਕ ਬਹੁਤ ਵੱਡਾ ਦੇਸ਼ ਸੀ ਤੇ ਜਾਪਾਨ ਇੱਕ ਛੋਟਾ ਜਿਹਾ ਦੇਸ਼ ਸੀ ਪਰ ਫਿਰ ਵੀ ਜਾਪਾਨ ਨੇ ਉਸ ਲੜਾਈ ਦੇ ਵਿੱਚ ਰੂਸ ਨੂੰ ਹਰਾ ਦਿੱਤਾ ਸੀ ਪ੍ਰਸ਼ਨ ਨੰਬਰ 5 ਡੋਮਾ ਸ਼ਬਦ ਰੂਸ ਵਿੱਚ ਕਿਸ ਲਈ ਵਰਤਿਆ ਜਾਂਦਾ ਹੈ ਡੁਮਾ ਸ਼ਬਦ ਜਿਹੜਾ ਰੂਸ ਵਿੱਚ ਕਿਸਲੇ ਵਰਤੋਂ ਵਿੱਚ ਲਿਆਂਦਾ ਜਾਂਦਾ ਹੈਗਾ ਵੀ ਰੂਸ ਦੀ ਜਿਹੜੀ ਸੰਸਦ ਹੈਗੀ ਉਸ ਨੂੰ ਡੁਮਾ ਕਿਹਾ ਜਾਂਦਾ ਹੈ। ਬਸ ਡੁਮਾ ਦਾ ਅਰਥ ਹੁੰਦਾ ਹੈਗਾ ਸੋਚਣਾ। ਠੀਕ ਹੈ। ਤਾਂ ਜਿਹੜੀ ਰੂਸ ਦੀ ਸੰਸਦ ਹੈਗੀ ਉਸ ਦੇ ਲਈ ਡੁਮਾ ਸ਼ਬਦ ਅੱਜ ਵੀ ਵਰਤੇ ਜਾਂਦਾ ਹੈ। ਪ੍ਰਸ਼ਨ ਨੰਬਰ 6 1912 ਵਿੱਚ ਲੈਨਾ ਗੋਲਡ ਨਾਮਕ ਸੋਨੇ ਦੀਆਂ ਖਾਣਾ ਵਿੱਚ ਕਿੰਨੇ ਹੜਤਾਲੀਆਂ ਨੂੰ ਮਾਰ ਦਿੱਤਾ ਗਿਆ? ਠੀਕ ਹੈ। ਲੈਨਾ ਗੋਲਡ ਨਾਮਕ ਸੋਨੇ ਦੀਆਂ ਖਾਣਾ ਸੀ ਉਹਦੇ ਵਿੱਚ ਕਿੰਨੇ ਹੜਤਾਲੀ ਨੂੰ ਮਾਰ ਦਿੱਤਾ ਗਿਆ ਸੀ ਵੀ 270 ਦੇ ਵਿੱਚ ਪ੍ਰਸ਼ਨ ਨੰਬਰ 7 ਰੂਸ ਦੀਆਂ ਦੋ ਕ੍ਰਾਂਤੀਆਂ ਕਿਹੜੇ ਮਹੀਨੇ ਹੋਈਆਂ ਹਾਂਜੀ ਕਿਹੜੇ ਮਹੀਨੇ ਹੋਈਆਂ ਮਾਰਚ ਤੇ ਨਵੰਬਰ ਮਾਰਚ ਤੇ ਨਵੰਬਰ ਦੇ ਵਿੱਚ ਰੂਸ ਦੇ ਵਿੱਚ ਦੋ ਕ੍ਰਾਂਤੀਆਂ ਸੀ ਜਿਹੜੀਆਂ ਉਹ ਹੋਈਆਂ ਸੀ ਪ੍ਰਸ਼ਨ ਨੰਬਰ 8 ਰੂਸ ਵਿੱਚ ਬਣੀ ਆਰਜੀ ਸਰਕਾਰ ਦਾ ਪ੍ਰਧਾਨ ਮੰਤਰੀ ਕਿਸ ਨੂੰ ਬਣਾਇਆ ਗਿਆ ਹਾਂ ਬੇਟਾ ਜਦੋਂ ਰੂਸ ਦੇ ਵਿੱਚ ਆਰਜੀ ਸਰਕਾਰ ਬਣਾਈ ਗਈ ਤਾਂ ਉਹਦਾ ਪ੍ਰਧਾਨ ਮੰਤਰੀ ਕਿਸ ਨੂੰ ਬਣਾਇਆ ਗਿਆ ਸੀ ਵੀ ਜਾਰਜ ਲਬਾਵ ਨੂੰ ਇਹਨੂੰ ਬਣਾਇਆ ਗਿਆ ਜਾਰਜ ਲਬਾਵ ਪ੍ਰਸ਼ਨ ਨੰਬਰ 9 ਬਾਲਸ਼ੇਵਿਕ ਪਾਰਟੀ ਦਾ ਨੇਤਾ ਕੌਣ ਸੀ ਹਾਂ ਵੀ ਬਾਲਸ਼ੇਵਿਕ ਪਾਰਟੀ ਦਾ ਨੇਤਾ ਕੌਣ ਸੀ ਲੈਨਿਨ ਠੀਕ ਹੈ ਪ੍ਰਸ਼ਨ ਨੰਬਰ 10 ਬਾਲਸ਼ੇਵਿਕ ਕ੍ਰਾਂਤੀ ਦੇ ਨਾਮ ਨਾਲ ਕਿਸ ਕ੍ਰਾਂਤੀ ਨੂੰ ਜਾਣਿਆ ਜਾਂਦਾ ਹੈ ਹਾਂ ਬੇਟਾ ਬਾਲਸ਼ੇਵਿਕ ਕ੍ਰਾਂਤੀ ਦੇ ਨਾਮ ਨਾਲ ਕਿਸ ਕ੍ਰਾਂਤੀ ਨੂੰ ਜਾਣਿਆ ਜਾਂਦਾਗਾ ਨਵੰਬਰ ਦੀ ਕ੍ਰਾਂਤੀ ਠੀਕ ਹੈ ਪ੍ਰਸ਼ਨ ਨੰਬਰ 11 ਮੈਨਸ਼ੇਵਿਕ ਪਾਰਟੀ ਦਾ ਨੇਤਾ ਕੌਣ ਸੀ ਦੇਖੋ ਵੀ ਬਾਲਸ਼ੇਵਿਕ ਪਾਰਟੀ ਦਾ ਨੇਤਾ ਲੈਨਿਨ ਸੀ ਤੇ ਮੈਨਸ਼ੇਵਿਕ ਪਾਰਟੀ ਦਾ ਨੇਤਾ ਕੌਣ ਸੀ ਟ੍ਰੋਸਕੀ ਕੌਣ ਸੀ ਟ੍ਰੋਸਕੀ ਪ੍ਰਸ਼ਨ ਨੰਬਰ 12 ਬੋਲਸ਼ੇਵਿਕ ਪਾਰਟੀ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਹੁੰਦੀ ਜੋ ਬੋਲਸ਼ੇਵਿਕ ਪਾਰਟੀ ਸੀ ਲੈਨਨ ਹੋਰ ਵਾਲੀ ਉਸ ਪਾਰਟੀ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਰੂਸੀ ਕਮਿਊਨਿਸਟ ਪਾਰਟੀ ਕੀ ਰੱਖਿਆ ਗਿਆ ਬੇਟਾ ਰੂਸੀ ਕਮਿਊਨਿਸਟ ਪਾਰਟੀ ਪ੍ਰਸ਼ਨ ਨੰਬਰ 13 ਸੋਵੀਅਤ ਸੰਘ ਦੀ ਸਥਾਪਨਾ ਕਦੋਂ ਕੀਤੀ ਗਈ ਠੀਕ ਹੈ ਸੋਵੀਅਤ ਸੰਘ ਦੀ ਸਥਾਪਨਾ ਕਦੋਂ ਕੀਤੀ ਗਈ ਵੀ ਦਸੰਬਰ 1922 ਦੇ ਦਸੰਬਰ 1922 ਬਣਾਇਆ ਸੀ ਨਾ ਯੂ ਐਸ ਐਸ ਆਰ ਪ੍ਰਸ਼ਨ ਨੰਬਰ 14 ਬਾਲਸ਼ੇਵਿਕ ਰਾਹੀਂ ਚਲਾਏ ਗਏ ਅਖਬਾਰ ਦਾ ਕੀ ਨਾਮ ਸੀ ਜੇ ਕਿਹੜੀ ਬਾਲਸ਼ੇਵਿਕ ਪਾਰਟੀ ਸੀ ਉਹਨਾਂ ਨੇ ਇੱਕ ਅਖਬਾਰ ਚਲਾਇਆ ਸੀ ਉਸ ਅਖਬਾਰ ਦਾ ਕੀ ਨਾਮ ਸੀ ਵੀ ਪ੍ਰਾਪਤ ਦਾ ਕੀ ਨਾਮ ਸੀ ਉਸ ਅਖਬਾਰ ਦਾ ਪ੍ਰਾਪਤ ਦਾ ਪ੍ਰਸ਼ਨ ਨੰਬਰ 15 ਗਰੀਗੋਰੀਅਨ ਕੈਲੰਡਰ ਅਤੇ ਯੂਲੀਅਨ ਕੈਲੰਡਰ ਵਿਚਕਾਰ ਕਿੰਨੇ ਦਿਨਾਂ ਦਾ ਅੰਤਰ ਹੈ ਹਾਂਜੀ ਬੇਟਾ ਦੋਨਾਂ ਕੈਲੰਡਰਾਂ ਦੇ ਵਿੱਚ ਕਿੰਨੇ ਦਿਨ ਦਾ ਅੰਤਰ ਸੀ 13 ਦਿਨ ਦਾ ਠੀਕ ਹੈ ਜਿਹੜਾ ਯੂਲੀਅਨ ਕੈਲੰਡਰ ਸੀ ਉਹ ਗਰੀਗੋਰੀਅਨ ਕੈਲੰਡਰ ਤੋਂ 13 ਦਿਨ ਪਿੱਛੇ ਹੈਗਾ ਠੀਕ ਹੈ ਯੂਲੀਅਨ ਕੈਲੰਡਰ ਗਰੀਗੋਰੀਅਨ ਕੈਲੰਡਰ ਤੋਂ 13 ਦਿਨ ਪਿੱਛੇ ਹੈਗਾ ਯਾਨੀ ਦੋਨਾਂ ਕੈਲੰਡਰਾਂ ਦੇ ਵਿਚਕਾਰ ਕਿੰਨਾ ਅੰਤਰ ਹੈਗਾ 13 ਦਿਨਾਂ ਦਾ ਪ੍ਰਸ਼ਨ ਨੰਬਰ 16 ਕਿਸ ਅੰਤਰਰਾਸ਼ਟਰੀ ਯੁੱਧ ਦੇ ਦੌਰਾਨ ਰੂਸੀ ਇਨਕਲਾਬ ਹੋਇਆ ਸੀ ਹਾਂਜੀ ਕਦੋਂ ਹੋਇਆ ਸੀ ਰੂਸੀ ਇਨਕਲਾਬ 1917 ਦੇ ਵਿੱਚ ਤਾਂ ਉਸ ਸਮੇਂ ਕਿਹੜਾ ਵਿਸ਼ਵ ਯੁੱਧ ਚੱਲ ਰਿਹਾ ਸੀ ਵਿਸ਼ਵ ਯੁੱਧ ਪਹਿਲਾ ਪਹਿਲਾ ਵਿਸ਼ਵ ਯੁੱਧ ਪ੍ਰਸ਼ਨ ਨੰਬਰ 17 ਫਰਵਰੀ 1918 ਤੱਕ ਰੂਸ ਨੇ ਕਿਹੜਾ ਕੈਲੰਡਰ ਵਰਤਿਆ ਹਾਂਜੀ ਕਿਹੜਾ ਕੈਲੰਡਰ ਵਰਤਿਆ ਸੀ ਬੇਟਾ ਯੂਲੀਅਨ ਠੀਕ ਹੈ ਇਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਗਰੀਗਰੀ ਕੈਲੰਡਰ ਸਿਰ ਵਰਤਣਾ ਸ਼ੁਰੂ ਕੀਤਾ ਸੀ ਪ੍ਰਸ਼ਨ 18 1881 ਵਿੱਚ ਅਤਵਾਦੀਆਂ ਨੇ ਕਿਸ ਯਾਰ ਦੀ ਹੱਤਿਆ ਕੀਤੀ ਸੀ ਹਾਂਜੀ ਕਿਹੜਾ ਸ਼ਾਸਕ ਸੀ ਉਸ ਸਮੇਂ ਉਸ ਸਮੇਂ ਸੀ ਅਲੈਗਜੈਂਡਰ ਦੂਸਰਾ ਠੀਕ ਹੈ 1881 ਵਿੱਚ ਅਤਵਾਦੀਆਂ ਨੇ ਅਲੈਗਜੈਂਡਰ ਜਿਹੜਾ ਦੂਸਰਾ ਸੀ ਉਸ ਨੂੰ ਮਾਰ ਦਿੱਤਾ ਸੀ ਪ੍ਰਸ਼ਨ ਨੰਬਰ 19 ਫਰਵਰੀ ਦੀ ਇਨਕਲਾਬ ਦੌਰਾਨ ਕਿਹੜਾ ਨਾਰਾ ਮਾਰਿਆ ਗਿਆ ਸੀ ਹਾਂਜੀ ਜਦੋਂ ਫਰਵਰੀ ਦਾ ਇਨਕਲਾਬ ਹੋਇਆ ਰੂਸ ਦੇ ਵਿੱਚ ਤਾਂ ਉਸ ਸਮੇਂ ਕਿਹੜਾ ਨਾਰਾ ਲਗਾਇਆ ਗਿਆ ਉਸ ਨੂੰ ਨਾਰਾ ਲਗਾਇਆ ਗਿਆ ਸੀ ਵੀ ਰੋਟੀ ਅਤੇ ਸ਼ਾਂਤੀ ਦਾ ਠੀਕ ਹੈ ਬ੍ਰੈਡ ਐਂਡ ਪੀਸ ਪ੍ਰਸ਼ਨ ਨੰਬਰ ਵੀ ਫਰਬਰੀ ਇਨਕਲਾਬ ਦੀ ਸ਼ੁਰੂਆਤ ਇੱਕ ਐਨ ਵਜੋਂ ਹੋਈ ਠੀਕ ਹੈ ਕਿਸ ਦੇ ਵਜੋਂ ਹੋਈ ਸੀ ਵੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਾਰਚ ਦੇ ਤਾਰੀਖ ਤੇ ਪ੍ਰਸ਼ਨ ਨੰਬਰ 21 ਫਰਬਰੀ ਦੇ ਇਨਕਲਾਬ ਸਮੇਂ ਯਾਰ ਕਿੱਥੇ ਸੀ ਜਦੋਂ ਫਰਬਰੀ ਦਾ ਇਨਕਲਾਬ ਹੋਇਆ ਵੀ ਤਾਂ ਜਿਹੜਾ ਰੂਸ ਦਾ ਯਾਰ ਸੀ ਉਹ ਕਿੱਥੇ ਸੀ ਉਹ ਸੀ ਵੀ ਜਿਹੜੇ ਸੈਨਿਕ ਮੋਰਚੇ ਤੇ ਗਏ ਹੋਏ ਸੀ ਨਾ ਉਹਨਾਂ ਸੈਨਿਕਾਂ ਦਾ ਦੌਰਾ ਕਰਨ ਗਿਆ ਸੀ ਠੀਕ ਹੈ ਜਿੱਥੇ ਜਿੱਥੇ ਸੈਨਿਕ ਉਹਨਾਂ ਨੇ ਲਗਾਏਗੇ ਸੀ ਉਹਨਾਂ ਥਾਵਾਂ ਦਾ ਦੌਰਾ ਕਰਨ ਦੇ ਲਈ ਗਿਆ ਸੀ ਹਾਂਜੀ ਪ੍ਰਸ਼ਨ ਨੰਬਰ 22 ਫਰਵਰੀ ਦੇ ਇਨਕਲਾਬ ਤੋਂ ਬਾਅਦ ਕਿੰਨੀਆਂ ਸੰਸਥਾਵਾਂ ਨੇ ਨਵੀਂ ਰੂਸੀ ਸਰਕਾਰ ਹੋਣ ਦਾ ਦਾਵਾ ਕੀਤਾ ਕਿੰਨੀਆਂ ਸੰਸਥਾਵਾਂ ਸੀ ਬੇਟਾ 2 ਪ੍ਰਸ਼ਨ ਨੰਬਰ 23 ਆਰਜੀ ਸਰਕਾਰ ਬਣੀ ਸੀ ਜਿਹੜੀ ਆਰਜੀ ਸਰਕਾਰ ਸੀ ਉਹ ਕਿੰਨਾ ਤੋਂ ਮਿਲ ਕੇ ਬਣੀ ਸੀ ਵੀ ਉਹ ਬਣਾਈ ਸੀ ਜਿਹੜੇ ਡੁਮਾ ਦੇ ਸਾਬਕਾ ਮੈਂਬਰ ਸੀ ਠੀਕ ਹੈ ਫਾਰਮਰ ਮੈਂਬਰਸ ਆਫ ਡੁਮਾ ਡੁਮਾ ਦੇ ਸਾਬਕਾ ਮੈਂਬਰਾਂ ਤੋਂ ਮਿਲ ਕੇ ਇਹ ਆਰਜੀ ਸਰਕਾਰ ਸੀ ਉਹ ਬਣੀ ਸੀ ਪ੍ਰਸ਼ਨ ਨੰਬਰ 24 ਕਿਸ ਦੇਸ਼ ਦੀ ਸਰਕਾਰ ਨੇ ਲੈਨਿਨ ਨੂੰ ਰੂਸ ਵਿੱਚ ਵਾਪਸ ਆਉਣ ਵਿੱਚ ਸਹਾਇਤਾ ਕੀਤੀ ਤਾਂ ਕਿਹੜੇ ਦੇਸ਼ ਦੀ ਸਰਕਾਰ ਸੀ ਜੀ ਉਹ ਸੀ ਜਰਮਨੀ ਦੀ ਸਰਕਾਰ ਠੀਕ ਹੈ ਜਰਮਨੀ ਦੇਸ਼ ਦੀ ਸਰਕਾਰ ਨੇ ਲੈਨਿਨ ਨੂੰ ਰੂਸ ਵਾਪਸ ਲਿਆਉਣ ਲਿਆਉਣ ਦੇ ਵਿੱਚ ਉਹਦੀ ਸਹਾਇਤਾ ਕੀਤੀ ਸੀ। ਪ੍ਰਸ਼ਨ ਨੰਬਰ 25 April 1917 ਵਿੱਚ ਲੈਨਿਨ ਰੂਸ ਆਉਣ ਤੋਂ ਬਾਅਦ ਉਸ ਨੇ ਕਿਸ ਨਾਰੇ ਦੀ ਵਰਤੋਂ ਕੀਤੀ? ਠੀਕ ਹੈ ਤਾਂ ਜਦੋਂ ਲੈਨਿਨ ਵਾਪਸ ਰੂਸ ਦੇ ਵਿੱਚ ਆ ਗਿਆ ਤਾਂ ਉਸ ਨੇ ਕਿਹੜਾ ਨਾਰਾ ਵਰਤਿਆ ਸੀ ਵੀ ਸਾਰੀ ਤਾਕਤ ਸੋਵੀਅਤ ਨੂੰ ਸੋਵੀਅਤ ਨੂੰ ਸਾਰੀ ਤਾਕਤ ਠੀਕ ਹੈ। all powers to soviet ਪ੍ਰਸ਼ਨ ਨੰਬਰ 26 ਲੈਨਿਨ ਨੇ ਆਪਣੇ ਰੂਸ ਵਾਪਸ ਆਉਣ ਤੋਂ ਬਾਅਦ ਅਖਬਾਰ ਪ੍ਰਾਪਦਾ ਦੇ ਕੋਈ ਪਿੱਛੇ ਕਰਕੇ ਸੀ ਨਾ ਬਾਲਸ਼ੇਵਿਕ ਪਾਰਟੀ ਦਾ ਕਿਹੜਾ ਅਖਬਾਰ ਸੀ ਪ੍ਰਾਪਦਾ ਤਾਂ ਲੈਨਿਨ ਨੇ ਆਪਣੇ ਰੂਸ ਵਾਪਸ ਆਉਣ ਤੋਂ ਬਾਅਦ ਅਖਬਾਰ ਪ੍ਰਾਪਦਾ ਵਿੱਚ ਪ੍ਰਗਟ ਕੀਤੇ ਵਿਚਾਰਾਂ ਦਾ ਸਮੂਹ ਕੀ ਸੀ ਜਿਹੜੇ ਵਿਚਾਰ ਪ੍ਰਗਟ ਕੀਤੇ ਸੀ ਬਨੇ ਨੇ ਉਸ ਨੂੰ ਕੀ ਕਿਹਾ ਗਿਆ ਉਸ ਨੂੰ ਕਿਹਾ ਗਿਆ ਪ੍ਰੈਲ ਥਿਸਸ ਠੀਕ ਹੈ ਕੀ ਕਿਹਾ ਗਿਆ ਵੀ ਲੈਨਿਨ ਦੇ ਵਿਚਾਰਾਂ ਨੂੰ ਅਪ੍ਰੈਲ ਥੀਸਿਸ ਪ੍ਰਸ਼ਨ ਨੰਬਰ 27 ਬਾਲਸ਼ੇਵਿਕ ਪਾਰਟੀ ਨੇ ਆਪਣਾ ਸਮਰਥਨ ਮੁੱਖ ਤੌਰ ਉਤੇ ਲਿਆ ਕਿਹੜੇ ਵਿਅਕਤੀਆਂ ਤੋਂ ਲਿਆ ਵੀ ਬਾਲਸ਼ੇਵਿਕ ਪਾਰਟੀ ਨੇ ਆਪਣਾ ਸਮਰਥਨ ਠੀਕ ਹੈ ਮਜ਼ਦੂਰ ਜਮਾਤ ਤੋਂ ਠੀਕ ਹੈ ਜਿਹੜੀ ਵਰਕਰਸ ਕਲਾਸ ਸੀ ਉਹਨਾਂ ਤੋਂ ਬਾਲਸ਼ੇਵਿਕ ਪਾਰਟੀ ਨੇ ਸਮਰਥਨ ਪ੍ਰਾਪਤ ਕੀਤਾ ਪ੍ਰਸ਼ਨ ਨੰਬਰ 28 ਪੈਟਰੋਗ੍ਰਾਡ ਸੋਵੀਅਤ ਇੱਕ ਐਨ ਸੀ ਹਾਂਜੀ ਜਿਹੜੀ ਪੈਟਰੋਗ੍ਰਾਡ ਸੋਵੀਅਤ ਸੀ ਵੀ ਉਹ ਕੀ ਸੀ ਹਾਂਜੀ ਕਿਸੇ ਬੇਟਾ ਉਹ ਵਰਕਰਾਂ ਤੇ ਸਿਪਾਈਆਂ ਦਾ ਇੱਕ ਸੰਗ ਸੀ ਸਮੂਹ ਸੀ ਵਰਕਰਾਂ ਤੇ ਸਿਪਾਈਆਂ ਦਾ ਸਮੂਹ ਸੀ ਪ੍ਰਸ਼ਨ ਨੰਬਰ 29 ਇਹ ਇੱਥੇ ਲਿਖਿਆ ਵਿੱਚੋਂ ਕਿਹੜੀਆਂ ਘਟਨਾਵਾਂ ਨੇ ਬਾਲਸ਼ੇਵਿਕਾਂ ਨੂੰ ਗੰਭੀਰਤਾ ਨਾਲ ਕਮਜ਼ੋਰ ਕੀਤਾ ਹਾਂਜੀ ਕਿਹੜੀ ਘਟਨਾ ਸੀ ਵੀ ਉਸ ਜੁਲਾਈ ਪੁੱਛ ਠੀਕ ਹੈ ਕਿਹੜੀ ਘਟਨਾ ਸੀ ਵੀ ਜੁਲਾਈ ਪੀ ਯੂ ਡੀ ਐਸ ਐਚ ਜੁਲਾਈ ਪੁਸਟ ਇਸ ਨੇ ਬਾਲਸ਼ ਖਾਬਿਕਾਨ ਨੂੰ ਕਾफी ਜਿਹੜੀ ਉਹਨਾਂ ਦੀ ਸ਼ਕਤੀ ਸੀ ਉਸ ਦੇ ਵਿੱਚ ਕਮੀ ਕੀਤੀ ਪ੍ਰਸ਼ਨ ਨੰਬਰ 3 ਲਵਰ ਕੋਰਨੀ ਲੋਬ ਕੌਣ ਸੀ ਹਾਂਜੀ ਬੇਟਾ ਜਿਹੜਾ ਲਵਰ ਕੋਰਨੀ ਲੋਬ ਸੀ ਕੌਣ ਸੀ ਇਹ ਸੀ ਬਈ ਇੱਕ ਰਾਜਤੰਤਰਵਾਦੀ ਸੈਨਾਨ ਦਾ ਜਰਨਲ ਠੀਕ ਹੈ ਉਸ ਸਮੇਂ ਰੂਸ ਦੇ ਵੀ ਜਿਹੜੀ ਸੈਨਾਨ ਸੀ ਉਸ ਦਾ ਇਹ ਜਰਨਲ ਜਨਰਲ ਸੀ ਪ੍ਰਸ਼ਨ ਨੰਬਰ 31 ਕਿਹੜੇ ਦੋ ਬਾਲਸ਼ਵਕ ਕ੍ਰਾਂਤੀ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੇ ਹੱਕ ਦੇ ਵਿੱਚ ਸੀ ਮਤਲਬ ਜ਼ੋਰਦਾਰ ਸ਼ਬਦਾਂ ਦੇ ਵਿੱਚ ਇਹ ਕਹਿ ਰਹੇ ਸੀ ਵੀ ਸਾਨੂੰ ਜਿਹੜੀ ਕ੍ਰਾਂਤੀ ਹੈ ਜਲਦੀ ਕਰਨੀ ਚਾਹੀਦੀ ਹੈ ਠੀਕ ਹੈ ਲੇਟ ਨਹੀਂ ਹੋਣਾ ਚਾਹੀਦਾ ਤਾਂ ਉਹ ਕਿਹੜੇ ਦੋ ਵਿਅਕਤੀ ਸੀ ਬੇਟਾ ਉਹ ਸੀ ਕਾਮਨੇਬ ਤੇ ਜਿਨੋਬੀਬ ਠੀਕ ਹੈ ਕਾਮਨੇਬ ਤੇ ਜਿਨੋਬੀਬ ਇਹ ਦੋ ਵਿਅਕਤੀ ਸੀ ਜਿਹੜੇ ਲਗਾਤਾਰ ਇਹ ਕਹਿ ਰਹੇ ਸੀ ਵੀ ਜਿਹੜੀ ਕ੍ਰਾਂਤੀ ਹੈ ਜਲਦੀ ਕਰਨੀ ਚਾਹੀਦੀ ਹੈ ਸਾਨੂੰ ਦੇਰ ਨਹੀਂ ਕਰਨੀ ਚਾਹੀਦੀ ਪ੍ਰਸ਼ਨ ਨੰਬਰ 32 ਅਸਥਾਈ ਸਰਕਾਰ ਨੇ ਅਕਤੂਬਰ ਇਨਕਲਾਬ ਤੋਂ ਠੀਕ ਪਹਿਲਾਂ ਬੋਲਸ਼ੇਵਿਕਾਂ ਖਿਲਾਫ ਕਿਹੜੀ ਕਾਰਵਾਈ ਕੀਤੀ ਜਿਹੜੀ ਇਹ ਸਥਾਈ ਸਰਕਾਰ ਬਣੀ ਸੀ ਉਹਨਾਂ ਨੇ ਅਕਤੂਬਰ ਇਨਕਲਾਬ ਤੋਂ ਪਹਿਲਾਂ ਕ੍ਰਾਂਤੀ ਤੋਂ ਪਹਿਲਾਂ ਠੀਕ ਹੈ ਬੋਲਸ਼ੇਵਿਕਾਂ ਖਿਲਾਫ ਕਿਹੜੀ ਕਾਰਵਾਈ ਕੀਤੀ ਹਾਂਜੀ ਬੇਟਾ ਉਹਨਾਂ ਨੇ ਕੀ ਕੀਤਾ ਇੱਕ ਤਾਂ ਜਿਹੜੇ ਬੋਲਸ਼ੇਵਿਕ ਅਖਬਾਰ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਤਾਂ ਜੋ ਲੋਕਾਂ ਤੱਕ ਇਹਨਾਂ ਦੇ ਸੰਦੇਸ਼ ਨਿਓ ਨਾ ਜਾਣ ਹਾਂ ਜੀ ਵੀਰੇ ਪ੍ਰਸ਼ਨ ਨੰਬਰ 33 ਯੰਕਰਸ ਕੌਣ ਸੀ ਠੀਕ ਹੈ ਯੰਕਰਸ ਜੇ ਯੂ ਐਨ ਕੇ ای ਆਰ ਐਸ ਯੰਕਰਸ ਕੌਣ ਸੀ ਠੀਕ ਹੈ ਯੂਕਰਸ ਬੋਲਦੇ ਨੇ ਇਹਨੂੰ ਯੂਕਰਸ ਕੌਣ ਸੀ ਵੀ ਹਾਂ ਜੀ ਇਹ ਸੀ ਬੇਟਾ ਰਸ਼ੀਨ ਫੌਜ਼ ਦੇ ਕੈਡਿਟਰ ਜੋ ਸਰਕਾਰੀ ਇਮਾਰਤਾਂ ਦੀ ਰੱਖਿਆ ਲਈ ਨਿਰਧਾਰਿਤ ਕੀਤੇ ਗਏ ਸਨ ਠੀਕ ਹੈ ਜਿਹੜੀਆਂ ਉਸ ਸਮੇਂ ਸਰਕਾਰੀ ਇਮਾਰਤਾਂ ਸੀ ਉਨ੍ਹਾਂ ਦੀ ਰੱਖਿਆ ਦੇ ਲਈ ਜਿਹੜੇ ਵਿਅਕਤੀ ਨਿਰਧਾਰਿਤ ਕੀਤੇ ਗਏ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਯੁਕਰਸ ਕਿਹਾ ਜਾਂਦਾ ਸੀ ਠੀਕ ਹੈ ਠੀਕ ਹੈ ਬੇਟਾ ਓਕੇ ਅਗਲਾ ਪ੍ਰਸ਼ਨ ਅਰੋਰਾ ਕੀ ਸੀ ਠੀਕ ਹੈ ਹੁਣ ਜਿਹੜੀ ਅਰੋਰਾ ਸੀ ਵੀ ਇਹ ਨਾ ਇੱਕ ਸ਼ਿਪਗਾਰਡ ਸੀ ਠੀਕ ਹੈ ਇਹ ਇੱਕ ਕਰੂਜ਼ਰ ਸੀ ਸ਼ਿਪਗਾਰਡ ਸੀ ਜਿਹੜਾ ਕਿ ਬਾਲਸ਼ੇਬਿਕਾਂ ਦੀ ਮਦਦ ਦੇ ਲਈ ਆਇਆ ਸੀ ਠੀਕ ਹੈ ਪਰਦੇ ਦੇਖੋ ਆਪਾਂ ਔਰੋਰਾ ਕੀ ਸੀ ਇਹਦੇ ਲਈ ਇਹ ਇੱਕ ਰੂਸੀ ਕਰੂਜ਼ਰ ਬਾਲਸ਼ੇਬਿਕ ਪ੍ਰਤੀ ਵਫਾਦਾਰ ਮਲਾਹਾਵਾਂ ਦੁਆਰਾ ਪੈਟਰੋਗਾਰਡ ਦੇ ਵਿੱਚ ਲੈਂਦਾ ਗਿਆ ਸੀ ਠੀਕ ਹੈ ਇੱਕ ਸ਼ਿਪਯਾਰਡ ਸੀ ਜਿਹੜਾ ਕਿ ਬਾਲਸ਼ੇਬਿਕਾਂ ਦੀ ਮਦਦ ਕਰਨ ਦੇ ਲਈ ਆਇਆ ਸੀ ਫ੍ਰਿਸ਼ਨ ਨੰਬਰ 35 ਬਾਲਸ਼ੇਬਿਕਾਂ ਨੂੰ ਵਿੰਟਰ ਪੈਲੇਸ ਉੱਤੇ ਕਬਜ਼ਾ ਕਰਨ ਵਿੱਚ ਪੂਰਾ ਦਿਨ ਕਿਉਂ ਲੱਗਿਆ ਜਿਹੜੇ ਬਾਲਸ਼ੇਬਕ ਸੀ ਉਹਨਾਂ ਨੂੰ ਵਿੰਟਰ ਪੈਲੇਸ ਦੇ ਉੱਤੇ ਕਬਜ਼ਾ ਕਰਨ ਦੇ ਵਿੱਚ ਪੂਰਾ ਦਿਨ ਕਿਉਂ ਲੱਗਿਆ ਵੀ ਸੀ ਪਹਿਲੀ ਆਪਸ਼ਨ ਇਹਦੇ ਲਈ ਸਹੀ ਹੈ ਕਿਉਂਕਿ ਦੋਨੇ ਧਿਰਾਂ ਦੇ ਵੱਲੋਂ ਇੱਕ ਦੂਜੇ 'ਤੇ ਹਮਲਾ ਨਾ ਕੀਤਾ ਗਿਆ ਤੇ ਕਾਫੀ ਲੰਮੇ ਸਮੇਂ ਤੱਕ ਉਹਨਾਂ ਦੇ ਵਿਚਕਾਰ ਜਿਹੜੀ ਗੱਲਬਾਤ ਸੀ ਉਹ ਹੁੰਦੀ ਰਹੀ ਸੀ ਇਸ ਕਰਕੇ ਇਹ ਜਿਹੜੇ ਬਾਲਸ਼ੇਬਕ ਸੀ ਉਹਨਾਂ ਨੂੰ ਕਾਫੀ ਸਮਾਂ ਲੱਗਾ ਜਿਹੜਾ ਵਿੰਟਰ ਪੈਲੇਸ 'ਤੇ ਕਬਜ਼ਾ ਕਰਨ ਦੇ ਵਿੱਚ ਪ੍ਰਸ਼ਨ ਨੰਬਰ 36 ਅਕਤੂਬਰ ਇਨਕਲਾਬ ਤੋਂ ਬਾਅਦ ਲੈਨਿਨ ਦਾ ਪਹਿਲਾ ਅਧਿਕਾਰਤ ਕੰਮ ਕੀ ਸੀ ਜਦੋਂ ਅਕਤੂਬਰ ਇਨਕਲਾਬ ਹੋ ਗਿਆ ਤਾਂ ਲੈਨਿਨ ਦਾ ਪਹਿਲਾ ਕੰਮ ਕੀ ਸੀ ਵੀ ਹਾਂਜੀ ਪਹਿਲਾ ਕੰਮ ਕੀ ਸੀ ਸ਼ਾਂਤੀ ਦਾ ਫਰਮਾਨ ਉਹਨਾਂ ਨੇ ਕੀ ਕੀਤਾ ਸ਼ਾਂਤੀ ਦਾ ਫਰਮਾਨ ਪ੍ਰਸ਼ਨ ਨੰਬਰ 37 ਕ੍ਰਾਂਤੀ ਤੋਂ ਬਾਅਦ ਕ੍ਰੈਂਸਕੀ ਦਾ ਕੀ ਹੋਇਆ ਵੀ ਠੀਕ ਹੈ ਜਿਹੜਾ ਕ੍ਰੈਂਸਕੀ ਸੀ ਉਹਦੇ ਉਹਨਾਂ ਨੇ ਕੀ ਬੇਟਾ ਉਹ ਦੇਸ਼ ਛੱਡ ਕੇ ਪੱਛ ਗਿਆ ਠੀਕ ਹੈ ਉਦੇਸ਼ ਇਥੇ ਥੋੜਾ ਸਪੈਲਿੰਗ ਮਿਸਟੇਕ ਹੈ ਉਦੇਸ਼ ਛੱਡ ਕੇ ਪੱਜ ਗਿਆ ਜਿਹੜਾ ਕ੍ਰੈਂਸ ਕੀ ਸੀ ਠੀਕ ਹੈ ਇਲੈਨਨ ਦਾ ਵਿਰੋਧੀ ਸੀ ਪ੍ਰਸ਼ਨ ਨੰਬਰ 38 ਅਕਤੂਬਰ ਇਨਕਲਾਬ ਦੇ ਉਸੇ ਦਿਨ ਪੈਟਰੋਗ੍ਰਾਡ ਵਿੱਚ ਕਿਹੜੀ ਪ੍ਰਤੀਨਿਧਤਾ ਸਭਾ ਮਿਲ ਰਹੀ ਸੀ ਵੀ ਕੌਣ ਕਿ ਜਿਸ ਦਿਨ ਅਕਤੂਬਰ ਇਨਕਲਾਬ ਹੋਇਆ ਉਸੇ ਦਿਨ ਪੈਟਰੋਗ੍ਰਾਡ ਦੇ ਵਿੱਚ ਇੱਕ ਪ੍ਰਤੀਨਿਧੀ ਸਭਾ ਮਿਲ ਰਹੀ ਸੀ ਉਹਦਾ ਕੀ ਨਾਮ ਸੀ ਵੀ ਸੋਵੀਅਤ ਦੀ ਕਾਂਗਰਸ ਕਾਂਗਰਸ ਆਫ ਸੋਵੀਅਤ ਪ੍ਰਸ਼ਨ ਨੰਬਰ 39 ਲੈਨਿਨ ਦੀ ਨਵੀਂ ਸਰਕਾਰ ਦਾ ਅਧਿਕਾਰਤ ਨਾਮ ਕੀ ਸੀ ਹਾਂਜੀ ਜਿਹੜੀ ਲੈਨਿਨ ਦੀ ਨਵੀਂ ਸਰਕਾਰ ਬਣੀ ਸੀ ਉਹਦਾ ਕੀ ਨਾਮ ਸੀ ਦਸ ਸੋਵੀਅਤ ਆ ਪੀਪਲਸ ਕਮਿਸ਼ਰਸ ਠੀਕ ਹੈ ਤੇ ਲਈ ਬੀ অপਸ਼ਨ ਸਹੀ ਹੈ ਪ੍ਰਸ਼ਨ ਨੰਬਰ 40 ਲੈਨਿਨ ਦੇ ਕਿਹੜੇ ਸਾਬਕਾ ਆਲੋਚਕ ਨੇ ਕਾਰਜਕਾਰੀ ਕਮੇਟੀ ਦੀ ਪ੍ਰਧਾਨਗੀ ਕੀਤੀ ਨਵਿਲ ਲੈਨਿੰਗ ਦਾ ਕਿਹੜਾ ਸਭ ਕਲੋਚਕ ਸੀ ਜਿਨੇ ਕਾਰਜਕਾਰੀ ਕਮੇਟੀ ਦੀ ਪ੍ਰਧਾਨਗੀ ਕੀਤੀ ਕੀ ਨਾਮ ਸੀ ਬੇਟਾ ਦਾ ਉਹਦਾ ਨਾਮ ਸੀ ਕਾਮਨੇਵ ਪ੍ਰਸ਼ਨ ਨੰਬਰ 41 ਅਕਤੂਬਰ ਇਨਕਲਾਬ ਬਾਰੇ ਰੂਸੀ ਉੱਚ ਵਰਗ ਦੀ ਤੁਰੰਤ ਪ੍ਰਤੀਕਿਰਿਆ ਕੀ ਸੀ ਹਾਂਜੀ ਜਦੋਂ ਅਕਤੂਬਰ ਇਨਕਲਾਬ ਹੋਇਆ ਤਾਂ ਰੂਸ ਦੇਣਾ ਉੱਚ ਵਰਗ ਸੀ ਵੀ ਉਹਨਾਂ ਦੀ ਪ੍ਰਤੀਕਿਰਿਆ ਕੀ ਸੀ ਉਹਨਾਂ ਨੇ ਇਸ ਦੇ ਵੱਲ ਘੱਟ ਧਿਆਨ ਦਿੱਤਾ ਠੀਕ ਹੈ ਉਹ ਇਹਦੇ ਪ੍ਰਤੀ ਇੰਨੇ ਜਾਗਰੂਕ ਨਹੀਂ ਸੀ ਪ੍ਰਸ਼ਨ ਨੰਬਰ 42 ਸੰਵਿਧਾਨ ਸਭਾ ਦੇ ਸੰਬੰਧ ਵਿੱਚ ਬਾਲਸ਼ਵਿਕਾਂ ਦੀ ਸ਼ੁਰੂਆਤੀ ਨੀਤੀ ਕੀ ਸੀ ਠੀਕ ਹੈ ਸੰਵਿਧਾਨ ਸਭਾ ਦੇ ਸੰਬੰਧ ਵਿੱਚ ਬਾਲਸ਼ਵਿਕਾਂ ਦੀ ਸ਼ੁਰੂਆਤੀ ਨੀਤੀ ਕੀ ਸੀ ਵੀ ਉਹਨਾਂ ਨੇ ਚੋਣਾਂ ਬਿਨਾਂ ਕਿਸੇ ਦਖਲ ਦੇ ਹੋਣ ਦਿੱਤੀਆਂ ਠੀਕ ਹੈ ਉਹਨਾਂ ਨੇ ਮਤਲਬ ਜਿਹੜੀਆਂ ਚੋਣਾਂ ਸੀ ਉਸ ਨੂੰ ਵਧੀਆ ਢੰਗ ਦੇ ਨਾਲ ਹੋਣ ਦਿੱਤਾ ਉਹਨਾਂ ਨੇ ਕੋਈ ਇੰਟਰਫੀਅਰੈਂਸ ਦੇ ਵਿੱਚ ਨਹੀਂ ਕੀਤੀ ਪ੍ਰਸ਼ਨ ਨੰਬਰ 43 ਸੰਵਿਧਾਨ ਅਸੈਂਬਲੀ ਦੀਆਂ ਚੋਣਾਂ ਬਾਲਸ਼ਵਿਕਾਂ ਨੇ ਇਹ ਚੋਣਾ ਵਿੱਚ ਬੋਲਸ਼ੇਵਿਕਾਂ ਨੇ ਕਿੰਨੀਆਂ ਸੀਟਾਂ ਸੀ ਜਿਹੜੀਆਂ ਉਹਨਾਂ ਨੂੰ ਮਿਲੀਆਂ ਠੀਕ ਹੈ ਤਾਂ ਬੋਲਸ਼ੇਵਿਕਾਂ ਨੂੰ ਬੇਟਾ 1/3 ਜਿਹੜੀਆਂ ਵੋਟਾਂ ਸੀ ਉਹ ਪ੍ਰਾਪਤ ਹੋਈਆਂ ਪ੍ਰਸ਼ਨ ਨੰਬਰ 4 ਵਾਲੀ ਮਾਸਕੋ ਵਿੱਚ ਅਕਤੂਬਰ ਇਨਕਲਾਬ ਦੇ ਪ੍ਰਤੀਕਰਮ ਦਾ ਸਭ ਤੋਂ ਉੱਤਮ ਬਿਆਨ ਕਿਸ ਨੇ ਕੀਤਾ ਹਾਂਜੀ ਮਾਸਕੋ ਵਿੱਚ ਅਕਤੂਬਰ ਇਨਕਲਾਬ ਦੇ ਪ੍ਰਤੀਕਰਮ ਦਾ ਸਭ ਤੋਂ ਉੱਤਮ ਬਿਆਨ ਕਿਸ ਨੇ ਪੇਸ਼ ਕੀਤਾ ਤਦ ਲਈ ਪਹਿਲੀ অপਸ਼ਨ ਸੀ ਸੀ ਪੈਟਰੋਗ੍ਰਾਡ ਦੇ ਉਲਟ ਮਾਸਕੋ ਵਿੱਚ ਲਗਭਗ ਇੱਕ ਹਫਤੇ ਲੜਾਈ ਜਾਰੀ ਰਹੀ। ਪ੍ਰਸ਼ਨ ਨੰਬਰ 45 ਲੈਨਿਨ ਦੇ ਅਧੀਨ ਕੌਣ ਰੂਸ ਦਾ ਵਿਦੇਸ਼ ਮੰਤਰੀ ਬਣਿਆ ਵੀ? ਇਹ ਕਾਫੀ ਮਹੱਤਵਪੂਰਨ। ਤਾਂ ਕੌਣ ਬਣਿਆ ਸੀ ਵੀ? ਟ੍ਰੋਟਸਕੀ। ਠੀਕ ਹੈ। ਇਸ ਨੂੰ ਇਸ ਤਰੀਕੇ ਨਾਲ ਵੀ ਲਿਖਿਆ ਜਾਂਦਾ ਹੈਗਾ ਟ੍ਰੋਸਕੀ। ਟੈਂਕ ਆਰ ਆਲੇ ਨੂੰ ਕੰਨ ਸਸਾ ਕ ਕਿਨਵਾਰੀ ਟ੍ਰੋਟਸਕੀ ਜਾਂ ਟ੍ਰੋਸਕੀ। ਠੀਕ ਹੈ ਇਹ ਵਿਦੇਸ਼ ਮੰਤਰੀ ਬਣਿਆ ਸੀ ਰੋਸ ਦਾ ਪ੍ਰਸ਼ਨ ਨੰਬਰ 46 ਸੰਵਿਧਾਨ ਸਭਾ ਨੇ ਕਿੰਨੀ ਵਾਰ ਬੈਠਕ ਕੀਤੀ ਸੰਵਿਧਾਨ ਸਭਾ ਨੇ ਕਿੰਨੀ ਵਾਰ ਬੈਠਕ ਕੀਤੀ ਵੀ ਇੱਕ ਵਾਰ ਪ੍ਰਸ਼ਨ 47 ਰੈਡ ਟੈਰਰ ਕਿਸ ਘਟਨਾ ਦਾ ਪ੍ਰतिकਰਮ ਸੀ ਠੀਕ ਹੈ ਜਿਹੜਾ ਰੈਡ ਟੈਰਰ ਸੀ ਉਹ ਕਿਸ ਘਟਨਾ ਦਾ ਪ੍ਰतिकਰਮ ਸੀ ਵੀ ਲੈਨਨ ਉੱਤੇ ਕਤਲ ਕਰਨ ਦੀ ਕੋਸ਼ਿਸ਼ ਲੈਨਨ ਤੇ ਕਤਲ ਦੀ ਕੋਸ਼ਿਸ਼ ਇਸ ਕੈਲਕੂਲੇਟਰ ਐਡੀਟਰ ਨੂੰ ਸੀਓ ਘਟਨਾ ਘਟੀ ਪ੍ਰਸ਼ਨ ਨੰਬਰ 48 ਮਾਰਚ 1918 ਵਿੱਚ ਰੂਸ ਦੀ ਰਾਜਧਾਨੀ ਚਲੀਗੀ 1918 ਦੇ ਵਿੱਚ ਰੂਸ ਦੀ ਰਾਜਧਾਨੀ ਬਦਲ ਕੇ ਕਿਹੜੀ ਬਣਾ ਦਿੱਤੀ ਗਈ ਮਾਸਕੋ ਕਿਹੜੀ ਬਣਾ ਦਿੱਤੀ ਗਈ ਮਾਸਕੋ ਪ੍ਰਸ਼ਨ ਨੰਬਰ 49 ਰੂਸੀ ਘਰੇਲੂ ਯੁੱਧ ਵਿੱਚ ਬਾਲਸ਼ੇਵਿਕ ਦੇ ਵਿਰੋਧੀ ਕੌਣ ਸਨ ਹਾਂਜੀ ਜਦੋਂ ਰੂਸੀ ਘਰੇਲੂ ਯੁੱਧ ਸੀ ਤਾਂ ਬਾਲ ਸ਼ਯਬਿਕਾਂ ਦੇ ਵਿਰੋਧੀ ਕੌਣ ਸੀ ਰਾਜਸਤੰਤਰਵਾਦੀ ਡੈਮੋਕ੍ਰੇਟਸ ਮੱਧਮ ਸਮਾਜਵਾਦੀ ਉੱਤੇ ਤੇ ਸਾਰੇ ਹਾਂਜੀ ਜੋ ਉਪਰੋਕਤ ਸਾਰੇ ਸੀ ਬੇਟਾ ਇਹ ਸਾਰੇ ਹੀ ਬਾਲ ਸ਼ਯਬਿਕਾਂ ਦੇ ਵਿਰੋਧੀ ਸੀ ਇਹਦੇ ਲਈ ਸਾਡੀ ਜਿਹੜੀ ਡੀ অপਸ਼ਨ ਹੈਗੀ ਉਹ ਸਹੀ ਆ ਜੇਗੀ ਪ੍ਰਸ਼ਨ ਨੰਬਰ 50 ਸੰਵਿਧਾਨ ਸਭਾ ਦੀ ਜਗ੍ਹਾ ਕਿਸ ਪ੍ਰਤੀਨਿਧ ਸੰਸਥਾ ਨੇ ਕੀਤੀ ਹਾਂਜੀ ਕਿਸ ਨੇ ਕੀਤੀ ਵੇ ਕਾਰਜਕਾਰੀ ਕਮੇਟੀ ਨੇ ਠੀਕ ਹੈ ਜਿਹੜੀ ਰਸ਼ੀਅਨ ਨੰਬਰ 51 ਰਸ਼ੀਅਨ ਸਿਵਲ ਸਿਵਲ ਯੁੱਧ ਕਦੋਂ ਸ਼ੁਰੂ ਹੋਇਆ ਜਿਹੜਾ ਰਸ਼ੀਅਨ ਸਿਵਲ ਯੁੱਧ ਸੀ ਕਦੋਂ ਸ਼ੁਰੂ ਹੋਇਆ ਬਟਾ ਗਰਮੀਆਂ 1918 ਦੇ ਵਿੱਚ ਠੀਕ ਹੈ ਸਮਰ 1918 ਦੇ ਵਿੱਚ ਜਿਹੜਾ ਰਸ਼ੀਅਨ ਸਿਵਲ ਯੁੱਧ ਸੀ ਉਹ ਸ਼ੁਰੂ ਹੋਇਆ ਹਨ ਵੀ ਨਾ ਪ੍ਰਸ਼ਨ ਨੰਬਰ ਬੰਦਿਆ ਆਖਰਕਾਰ ਯੂਐਸਐਸਆਰ ਕਲਾਪਸ ਹੋ ਗਿਆ ਠੀਕ ਹੈ ਜਿਹੜਾ ਯੂਐਸਆਰ ਐਸਐਸਆਰ ਸੀ ਉਹ ਕਦੋਂ ਕਲਾਪਸ ਹੋ ਗਿਆ ਵੀ 1991 ਵਿੱਚ ਠੀਕ ਹੈ ਬੇਟਾ ਇਸ ਤਰੀਕੇ ਨਾਲ ਆਪਾਂ ਜਿਹੜੇ ਤੁਹਾਡੇ ਕੁਸਚਨ ਹੈਗੇ ਇਸ ਲੈਸਨ ਦੇ ਵਿੱਚੋਂ ਡਿਸਕਸ ਕੀਤੇ ਹੈਗੇ ਤੇ ਮੈਨੂੰ ਉਮੀਦ ਹੈ ਵੀ ਤੁਹਾਡੇ ਤਿਆਰੀ ਦੇ ਵਿੱਚ ਤੇ ਤੁਹਾਡੇ ਪੇਪਰ ਦੇ ਲਈ ਇਹ ਕਾਫੀ ਲਾਹੇਵੰਦ ਸਿੱਧ ਹੋਣਗੇ ਠੀਕ ਹੈ ਬੇਟਾ ਓਕੇ ਜੀ ਥੈਂਕ ਯੂ